ਅਕਾਲ ਮੈਂ ਆਪ ਜੀ ਦਾ ਹੈਗਾ ਗੌਤਮ ਸ਼ਰਮਾ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਇਹ ਕਹਾਣੀ ਸ਼ਹਿਰ ਮੂਨਕ ਵਿੱਚ ਰਹਿੰਦੇ ਬਿੱਲੂ ਅਤੇ ਬੰਟੀ ਦੀ ਹੈ ਜੋ ਕਿ ਦੋਵੇਂ ਪੱਕੇ ਮਿੱਤਰ ਸਨ ਪਿੱਛੇ ਇਹ ਆਪਾਂ ਕਹਾਣੀ ਜੋ ਕਿ ਸ਼ਹਿਰ ਮੂਨਕ ਵਿੱਚ ਬਣੀ ਹੈ ਜਿਸਦਾ ਨਾਮ ਹੈ ਬਿੱਲੂ ਤੇ ਬੰਟੀ ਦੋਵੇਂ ਪੱਕੇ ਮਿੱਤਰ ਹਨ ਜੋ ਕਿ ਪਾਰਕ ਵੱਲ ਚਲੇ ਜਾਂਦੇ ਹਨ ਜੋ ਬੰਟੀ ਹੈ ਉਸਨੂੰ ਪਿਆਰ ਨਾਲ ਜੱਗਾ ਦੇ ਨਾਮ ਨਾਲ ਵੀ ਚੱਲ ਯਾਰਾ ਚੱਲੀਏ
ਹੋਇਆ ਹੈ। ਭਈਆ ਦਾ ਦੇਖ ਲੈ ਲਾ ਬੇਟਾ। ਡਰਾਵਨੀ ਹੈ ਮੈਂ ਮੁੜ ਜਾਂਦਾ ਕਿਹੜੇ ਆਖਿਆ ਤੇ।
ਸਬਸਕ੍ਰਾਈਬ ਕਰੋ ਤੇ ਆਪਣੇ ਜੀਐਮ ਗਰੁੱਪ ਵੱਲੋਂ ਹੈ ਹੈਲੋ ਆਪਾਂ ਬੋਲ ਦੋ ਸਾਰੇ ਪਹਿਲਾਂ